ਫਾਜ਼ਿਲਕਾ ਦੇ ਪਿੰਡ ਸ਼ਤੀਰਵਾਲਾ ਦੇ ਨੇੜੇ ਵਕੀਲ ਦੇ ਨਾਲ ਹੋਈ ਕੁੱਟਮਾਰ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਦੋਵਾਂ ਧਿਰਾਂ ਦੇ ਖਿਲਾਫ਼ ਕੀਤਾ ਪਰਚਾ ਦਰਜ, ਬੱਸ ਦੇ ਮਾਲਕ ਨੂੰ ਕੀਤਾ ਗ੍ਰਿਫ਼ਤਾਰ, ਕਾਰ ਵੀ ਕੀਤੀ ਬਰਾਮਦ। ਅੱਜ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਜਾਣਕਾਰੀ ਦਿੰਦੇ ਹੋਏ DSP ਸੁਬੇਗ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਦੇ ਪਿੰਡ ਸ਼ਤੀਰਵਾਲਾ ਦੇ ਨੇੜੇ ਵਕੀਲ ਦੇ ਨਾਲ ਕੁੱਟਮਾਰ ਹੋਈ ਸੀ ਅਤੇ ਉਸਨੂੰ ਕਿਡਨੈਪ ਕਰਕੇ ਥਾਣੇ ਲੈ ਕੇ ਗਏ ਸਨ, ਜਿਸ ਮਾਮਲੇ ਦੇ ਵਿੱਚ ਬੱਸ ਦੇ ਮਾਲਕ ਅਤੇ ਉਸਦੇ ਸਾਥੀਆਂ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ। ਉੱਧਰ ਬੱਸ ਦੇ ਡਰਾਈਵਰ ਵੱਲੋਂ ਬੱਸ ਦੀ ਭੰਨ ਤੋੜ ਦੇ ਆਰੋਪ ਵਕੀਲ ਅਤੇ ਉਸਦੇ ਸਾਥੀ ਉੱਪਰ ਲਗਾਏ ਗਏ ਸਨ, ਉਸ ਮਾਮਲੇ ਦੇ ਵਿੱਚ ਵੀ ਕ੍ਰੋਸ ਕੇਸ ਦਰਜ ਕਰ ਲਿਆ ਗਿਆ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਬੱਸ ਦੇ ਮਾਲਕ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਪ੍ਰਯੋਗ ਕੀਤੀ ਗਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਉਹਨਾਂ ਨੇ ਕਿਹਾ ਕਿ ਦੂਜੇ ਪਾਸੇ ਧਾਰਾ 323 ਅਤੇ 148-149 ਦੇ ਤਹਿਤ ਕੇਸ ਦਰਜ ਕੀਤਾ ਗਿਆ, ਜਦਕਿ ਬੱਸ ਦੇ ਮਾਲਕ ਅਤੇ ਉਸਦੇ ਸਾਥੀਆਂ 'ਤੇ 365 ਅਤੇ ਹੋਰ ਵੀ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਬੱਸ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਦੇ ਵੱਲੋਂ ਪ੍ਰਯੋਗ ਕੀਤੀ ਗਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਉਹਨਾਂ ਨੇ ਕਿਹਾ ਕਿ ਬਾਕੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਵੀ ਜਲਦੀ ਕਰ ਲਈ ਜਾਏਗੀ। ਉੱਧਰ ਹਸਪਤਾਲ ਦੇ ਵਿੱਚ ਜ਼ਖਮੀ ਵਕੀਲ ਦਾ ਹਾਲ ਚਾਲ ਜਾਣਨ ਦੇ ਲਈ ਵਿਧਾਇਕ ਨਰਿੰਦਰਪਾਲ ਸਿੰਘ ਸਮਨਾ ਪਹੁੰਚੇ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਚਾਹੇ ਜੋ ਵਿਅਕਤੀ ਵੀ ਸ਼ਾਮਿਲ ਹੋਣ ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਏਗੀ ਅਤੇ ਉਹਨਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਏਗਾ। ਉਹਦੇ 'ਚ ਕੱਲ੍ਹ ਇੱਕ ਬੱਸ ਦਾ ਡਰਾਈਵਰ ਦੇ ਨਾਲ ਕੋਈ ਜਿਹੜੇ ਵਕੀਲ ਆ ਪ੍ਰਾਈਵੇਟ ਇੱਥੇ ਵਕਾਲਤ ਕਰਦੇ ਹੈਗੇ, ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ। ਉਹਦੇ 'ਚ ਦੋਨੇ ਧਿਰਾਂ ਦਾਖਲ ਹੋਏ ਸੀ, ਦੋਨਾਂ ਧਿਰਾਂ ਦਾ ਬਿਆਨ ਲਿਖ ਕੇ ਸਾਡੇ ਵੱਲੋਂ ਥਾਣਾ ਖੁਰੀਕੜੇ 'ਚ ਮੁਕੱਦਮਾ ਦਰਜ ਕੀਤਾ ਗਿਆ। ਜੋ ਵੀ ਉਹਨਾਂ ਬਿਆਨ ਲਿਖਿਆ ਗਿਆ ਦੋਨਾਂ ਧਿਰਾਂ ਦਾ ਬਿਆਨ ਲਿਖਿਆ ਗਿਆ, ਸਾਡੇ ਵਿੱਚ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ। ਉੱਥੇ ਜੋ ਉਹਨਾਂ ਵਕੀਲ ਨੇ ਬਿਆਨ ਲਿਖਾਇਆ ਸੀ ਉਹਦੇ 'ਚ ਮੇਨ 365 ਹੈਗੀ, 148-149 ਹੈਗੀ ਹੈ, ਤੇ ਬਾਕੀ ਦੂਸਰੇ ਪਾਸੇ ਹੈਗੀ ਜੋ ਬੱਸ ਦਾ ਡਰਾਈਵਰ ਦਾਖਲ ਹੋਇਆ ਸੀ ਉਹਦੇ ਵਿੱਚੋਂ ਹੈਗੇ ਆ 323-148-149 ਹੈਗੀ। ਕਿਹੜੇ ਜਿਹੜੇ ਵਕੀਲ ਵੱਲੋਂ ਲਿਖਾਇਆ ਗਿਆ ਉਹ 4 ਬੰਦੇ ਬਾਈ ਨੇਮ ਹੈਗੇ ਆ, ਦੂਸਰੀ ਵੱਲੋਂ ਲਿਖਾਇਆ ਜੋ ਲਿਖਾਇਆ ਗਿਆ ਉਹਦੇ 'ਚ ਵੀ 2 ਬੰਦੇ ਬਾਈ ਨੇਮ ਬਾਕੀ ਅਣਪਛਾਤੇ ਆ ਸਰ। ਕਿੰਨੇ ਬੰਦਿਆਂ ਦੇ ਪਰਚੇ ਟੋਟਲ ਕ੍ਰੋਸ ਹੈਗਾ, ਇੱਕ ਪਾਸੇ ਹੈਗਾ 4 ਬਾਈ ਨੇਮ, ਬਾਕੀ 4-5 ਅਣਪਛਾਤੇ, ਦੂਸਰੇ ਪਾਸੇ 2 ਬੰਦੇ ਬਾਈ ਨੇਮ ਹੋ ਗਏ ਆ, 4-5 ਅਣਪਛਾਤੇ ਹੈਗੇ ਆ। ਕੋਈ ਗ੍ਰਿਫ਼ਤਾਰੀ ਵਗੈਰਾ ਹੋਈ ਉਹਦੇ 'ਚ? ਇੱਕ ਵਿਅਕਤੀ ਜਿਹੜਾ ਉਹਨੂੰ ਵਕੀਲ ਨੂੰ ਕੁੱਟ ਕੇ ਥਾਣੇ ਲੈ ਗਿਆ ਸੀ, ਮਤਲਬ ਉਸ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਜੋ ਬੱਸ ਦਾ ਮੇਨ ਮਾਲਕ ਸੀ। ਕੀ ਨਾਂ ਹੈ ਉਹਦਾ? ਉਹਦਾ ਨਾਗਪਾਲ ਹੈ। ਤੇ ਹੁਣ ਹੋਰ ਬਾਕੀ ਵਿਅਕਤੀ ਦੀ ਗ੍ਰਿਫ਼ਤਾਰੀ ਬਾਕੀ ਅਸੀਂ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ, ਬਾਕੀ ਜਲਦੀ ਦੇ ਦੋਨਾਂ ਤਰ੍ਹਾਂ ਦੇ ਕ੍ਰੋਸ ਮੁਕੱਦਮਾ ਦਰਜ, ਦੋਨਾਂ ਤਰ੍ਹਾਂ ਦੇ ਦੋਸ਼ੀ ਜਲਦੀ ਗ੍ਰਿਫ਼ਤਾਰ ਕਰ ਲਾਂਗੇ। ਕੋਈ ਗੱਡੀ ਵੀ ਕਬਜ਼ੇ 'ਚ ਲਈ ਹੈ ਸਰ? ਉਹ ਮੌਕੇ 'ਤੇ ਜਿਹੜੀ ਗੱਡੀ 'ਚ ਉਹਨੂੰ ਕੁੱਟ ਕੇ ਉਹਨੂੰ ਨਾਲ ਲੈ ਕੇ ਗਏ ਸੀ, ਉਹ ਗੱਡੀ ਵੀ ਕਬਜ਼ੇ 'ਚ ਲਈ ਗਈ ਹੈ। ਦੇਖੋ ਬੜੀ ਮਾੜੀ ਗੱਲ ਹੈ, ਸਾਡੇ ਵਕੀਲ ਸਾਹਿਬ ਅੰਗਰੇਜ਼ ਜੀ ਜਿਨ੍ਹਾਂ 'ਤੇ ਕੁਝ ਲੋਕਾਂ ਨੇ ਇਹਨਾਂ ਨੂੰ ਮਾਰਕੁੱਟ ਕੀਤੀ ਔਰ ਫਿਰ ਗੱਡੀ ਦੇ ਵਿੱਚ ਜ਼ਬਰਦਸਤੀ ਬਿਠਾ ਕੇ ਲੈ ਗਏ ਔਰ ਉਹਨਾਂ ਦੇ ਸੱਟਾਂ ਹੀ ਵੱਜੀਆਂ ਨੇ, ਦਾਖਲ ਨੇ, ਔਰ ਮੈਂ ਇਹਨਾਂ ਦਾ ਅੱਜ ਇੱਥੇ ਪਤਾ ਲੈਣ ਲਈ ਆਇਆ ਔਰ ਸਾਰੇ ਜਿਹੜੇ ਸਾਡੇ ਵਕੀਲ ਭਾਈਚਾਰੇ ਦੇ ਸਾਰੇ ਵਕੀਲ ਸਾਹਿਬਾਨ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਹੌਸਲਾ ਦਿੱਤਾ ਇਹਨਾਂ ਨੂੰ ਜਿਨ੍ਹਾਂ ਨੇ ਵੀ ਇਹ ਗਲਤ ਹਰਕਤ ਕੀਤੀ ਹੈ, ਜੋ ਇਹਨਾਂ ਨਾਲ ਮਾਰਕੁੱਟ ਕੀਤੀ ਹੈ, ਉਸ ਤੋਂ ਬਾਅਦ ਕਿਡਨੈਪਿੰਗ ਕਰਨ ਦੀ ਜੋ ਵੀ ਕੋਸ਼ਿਸ਼ ਕੀਤੀ, ਕੋਈ ਵੀ ਨੇ ਚਾਹੇ ਉਹ ਜਿੱਡੇ ਮਰਜ਼ੀ ਕੋਈ ਕਿਸੇ ਵੀ ਮੈਂ ਕਹਿੰਦਾ ਕੋਈ ਵੱਡੇ ਹੋਣ, ਕਿੱਡੇ ਵੀ ਕੋਈ ਮੈਂ ਕਹਿੰਦਾ ਵੱਡੇ ਵਪਾਰੀ ਹੋਣ, ਕਿਸੇ ਨੂੰ ਬਿਲਕੁਲ ਨਜਾਇਜ਼ ਕਿਸੇ ਨਾਲ ਕਰਨ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ। ਜਿਨ੍ਹਾਂ ਨੇ ਵੀ ਇਹ ਗਲਤ ਕੀਤਾ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ ਔਰ ਇਹ ਮੈਸੇਜ ਦਿੱਤਾ ਜਾਊਗਾ ਕਿ ਅੱਗੇ ਤੋਂ ਇਹੋ ਜਿਹਾ ਕਰਨ ਬਾਰੇ ਕੋਈ ਸੋਚੇ ਵੀ ਨਾ ਔਰ ਸਖ਼ਤ ਤੋਂ ਸਖ਼ਤ ਜਿਹੜੀ ਹੈ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ।